ਤੇ ਹੈਲੋ ਗਾਇਸ ਵੈਲਕਮ ਟੂ ਮਾਈ ਚੈਨਲ ਹੋਪ ਕਰਦਾ ਗਾਇਸ ਜੀ ਸਾਰੇ ਵਧੀਆ ਹੋਵੋਗੇ ਤੇ ਗਾਇਸ ਅੱਜ ਦਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਵਾ ਤੇ ਗਾਇਸ ਅੱਜ ਯਾਰ ਮੈਂ ਆਪਣਾ ਜਿਹੜਾ ਫਸਟ ਵਲੌਗ ਹੈਗਾ ਜਿਹੜਾ ਮੈਂ ਗਿਆ ਸੀ ਸਕਿੱਟ ਮਾਰ ਭਾਈ ਦੇ ਘਰੇ ਗਾਇਸ ਉਹ ਵੀਡੀਓ ਦਾ ਆਪਾਂ ਰਿਐਕਸ਼ਨ ਕਵਰ ਕਰਾਂਗੇ ਤੇ ਉਹ ਚ ਵੇਖਦੇ ਯਾਰ ਉਹਦੇ ਚ ਤੇ ਹੁਣ ਚ ਕੀ ਫਰਕ ਹੈ ਉਦੋਂ ਸਾਨੂੰ ਇੰਨੀ ਜਾ ਹੀ ਨਹੀਂ ਹੁੰਦੀ ਫਸਟ ਵਲੌਗ ਹੀ ਉਹਦੇ ਚ ਤੇ ਹੁਣ ਵਾਲੇ ਵਲੌਗ ਚ ਵੇਖਦੇ ਕੀ ਫਰਕ ਹੈ ਇਹ ਚ ਆਪਾਂ ਐਲਸੀਡੀ ਚਲਾਵਾਂਗੇ ਇੱਥੇ ਆਪਣਾ ਜਿਹੜਾ ਫਸਟ ਵਲੌਗ ਲਾ ਕੇ ਤੇ ਤੁਹਾਨੂੰ ਨਾਲ ਨਾਲ ਦੱਸੀ ਜਾਵਾਂਗੇ ਕੀ ਚੀਜ਼ ਬਦਲੀ ਆ ਤੇ ਅੱਜ ਦੇ ਵਲੌਗ ਨੂੰ ਤੱਕ ਜ਼ਰੂਰ ਵੇਖਿਓ ਤੇ ਇਹਦੇ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਵਾ ਤੇ ਗਾਇਸ ਆਪਾਂ ਬਿਨਾਂ ਵੇਟ ਕੀਤੇ ਤੇ ਵਲੌਗ ਨੂੰ ਕਰਦੇ ਆ ਸਟਾਰਟ ਤੇ ਗਾਇਸ ਹੁਣ ਆਪਾਂ ਐਲਈਡੀ 'ਚ ਪਹਿਲੇ ਯਾਰ ਵੀਡੀਓ ਡਾਊਨਲੋਡ ਕਰਕੇ ਰੱਖ ਚੁੱਕੇ ਆ ਇੱਥੇ ਆਪਦਾ ਮੇਰੀ ਦੇ ਸਕਿੱਟ ਮਾਰ ਤੇ ਚਲੋ ਹੁਣ ਆਪਾਂ ਇਹਨੂੰ ਪਲੇ ਕਰਦੇ ਆ जाते यार पैरी हाथ लाता हूं अगे अगे करते ठंड च बना गए मतलब की वेखो जैकटा जुकटा पाया वा मन्ना नाल बैठा ही मन्ना मेरे नाल ही इको दम वड्डा फ्लैट बनया सी चंगा थोड़ा मनवाया जी उस थोड़े ही बजी जाते बाकी चैनल ਜਸ਼ਨ ਵੀ ਤਿਆਰ ਸ਼ਹਿਰ ਹੋ ਕੇ ਆ ਗਿਆ ਸੀ ਉਦੋਂ ਇਹਨੂੰ ਮੈਂ ਪਹਿਲੇ ਫੋਨ ਕਰਦਾ ਸੀ ਮੈਂ ਕਿਹਾ ਰੈਡੀ ਹੋ ਜਾ ਜਸ਼ਨ ਨੇ ਵੀ ਨਾਲ ਜਾਣਾ ਸੀ ਨਾਲੇ ਯਾਰ ਇੱਕ ਗੱਲ ਹੈਗੀ ਜਦੋਂ ਇਹ ਮੈਂ ਫਸਟ ਵਲੌਗ ਬਣਾਇਆ ਸੀ ਨਾ ਮੰਨਾ ਤੇ ਜਸ਼ਨ ਕਹਿੰਦੇ ਹੁੰਦੇ ਸੀ ਕਹਿੰਦੇ ਜਸ਼ਨ ਦੀ ਤੇ ਪੱਕੀ ਗੱਲ ਕਹਿੰਦੇ ਆ ਕਿਹੜੇ ਕੰਮ ਚ ਲੱਗਾ ਆ ਯਾਰ ਇਹ ਹੱਸਦਾ ਹੁੰਦਾ ਸੀ ਮੇਰੇ ਤੇ ਜਸ਼ਨ ਫਿਰ ਮਤਲਬ ਕਿ ਪਿਆਰ ਨਾਲ ਯਾਰ ਕੋਈ ਹੱਸ ਨੀ ਲੈਂਦਾ ਯਾਰ ਜੋ ਹੋਵੇ ਹੱਸਦਾ ਸੀ ਮੇਰੇ ਤੇ ਯਾਰ ਤੇ ਅੱਗੇ ਅੱਗੇ ਤੁਹਾਨੂੰ ਫੋਨੇ ਆ ਤੇ ਕੰਟੀਨਿਊ ਕਰਦੇ ਹੋ ਵਲੌਗ ਨੂੰ ਵਲੌਗ ਸਾਰਾ ਦੇਖੋ ਤੇ ਵੀਡੀਓ ਵਧੀਆ ਲੱਗੇ ਲਾਈਕ ਕਰ ਦਿਓ दिमाग च नहीं पे ना बैग जाने पे भाई मिल चुके कैमरे च नहीं वेखन लोकां नूं वेखन कि लोकी मेरे हाल च नहीं वेखदे
ਭਾਈ ਜਦੋਂ ਕਹਿੰਦੇ ਸੀ ਯਾਰ ਐਤਵਾਰ ਆ ਜਾਓ, ਫਿਰ ਆਪਾਂ ਐਤਵਾਰ ਵੀ ਗਏ ਸੀ, ਉਦਣ ਮਿਲੇ ਨਹੀਂ ਸੀ, ਫਿਰ 100 ਵਾਰ ਮਿਲੇ ਸੀ, ਤੁਹਾਨੂੰ ਪਤਾ ਹੀ ਆ। ਮਹੱਲਾ ਉਹਦਾ ਕੈਮਰਾਮੈਨ ਬਣਿਆ। ਭਾਈ ਨੂੰ ਪਤਾ ਸੀ ਕਿ ਭਾਈ ਕਹਿੰਦੇ ਸੀ ਲੋਕ ਬਣਾਉਂਦੇ ਪਏ ਪੈਗਾ ਹਾਜੀ ਭਾਈ, ਤੇ ਉਦੋਂ ਯਾਰ ਮੰਡੇ ਨੂੰ ਮਤਲਬ ਕਿ ਕੈਮਰਾ ਕੁਮਰਾ ਘੱਟ ਹੀ ਫੜਨ ਦੀ ਜਾਇਜ਼ ਨਹੀਂ, ਹਿਲਾਉਂਦਾ ਬੜਾ ਸੀ ਕੈਮਰਾ, ਫਿਰ ਯਾਰ ਜਦੋਂ ਮੈਂ ਭਾਈ ਦੀ ਗਲੀ ਦੇ ਬਾਹਰ ਆਇਆ ਉੱਥੇ ਹੀ ਮੈਂਟ ਕਰਤਾ ਸਾਹਿਬ, ਇੱਕ ਸੁਣਿਆ ਭਾਈ ਦਾ ਨੇਚਰ ਬਹੁਤ ਵਧੀਆ ਸੀ, ਤੇ ਭਾਈ ਨੇ ਸਾਡੇ ਨਾਲ ਵੀਡੀਓ ਬਣਾਈ ਕਿਉਂਕਿ ਭਾਈ ਚਾਰ ਮਹੀਨੇ ਸੀ, ਤੇ ਭਾਈ ਕਹਿੰਦੇ ਐਤਵਾਰ ਆ ਜਾਓ ਯਾਰ, ਕਾਫੀ ਵਧੀਆ ਨੇਚਰ ਸੀ ਉਹਨਾਂ ਨੇ, ਸਾਨੂੰ ਇੱਕ ਵਾਰੀ ਵੀ ਨਾ ਨੂੜ ਕੀਤੀ ਸੀ ਨਾ ਫੋਟੋ ਖਿਚਾਉਣ ਦੇ, ਤੇ ਕਾਫੀ ਵਧੀਆ ਲੱਗਿਆ ਮਿਲ ਕੇ, ਤੇ ਵਲੌਗ ਇੱਥੋਂ ਹੀ ਐਂਡ ਕਰਦੇ ਹਾਂ, ਤੇ ਵਧੀਆ ਲੱਗਿਆ ਤੇ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ, ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ, ਤੇ ਉਹਨਾਂ ਦੇ ਰਿਲੇਟ ਟੇਕ ਕੇਅਰ ਬਾਰੇ, ਤੇ ਬਸ ਯਾਰ ਬਾਅਦ 'ਚ ਮੈਂ ਫਿਰ ਫੋਟੋਆਂ ਲਾ ਦਿੱਤੀਆਂ ਸੀ, ਤੇ ਇੱਥੇ ਯਾਰ ਆਹੋ ਗਲਤੀ ਹੈਗੀ ਸੀ, ਇੱਕ ਤਾਂ ਯਾਰ ਮੈਂ ਇੱਕ ਤਾਂ ਮੈਂ ਵਲੌਗ ਛੋਟਾ ਪਾਇਆ ਸੀ, ਦੂਜਾ ਮੈਂ ਬੜਾ ਹੀ ਸ਼ਰਮਾ ਕੇ ਬਣਾਇਆ ਸੀ ਵਲੌਗ, ਪਰ ਯਾਰ ਹੁਣ ਨਹੀਂ ਇੰਨੀ ਸ਼ਰਮ ਆਉਂਦੀ, ਹੁਣ ਤਾਂ ਯਾਰ ਭਾਵੇਂ ਜਿੱਥੇ ਮਰਜ਼ੀ ਕੈਮਰਾ ਖੋਲ੍ਹ ਕੇ ਸਟਾਰਟ ਕਰ ਦਈਏ। ਅਤੇ ਬਾਕੀ ਗਾਈਸ ਆਹ ਹੀ ਅੱਜ ਦਾ ਵਲੌਗ, ਅਤੇ ਇੱਥੇ ਤੁਹਾਨੂੰ ਬਹੁਤ ਦੱਸਣਾ ਸੀ ਕਿ ਯਾਰ ਹੁਣ ਵੇ ਪਹਿਲੇ ਵੇਖੋ ਅਤੇ ਹੁਣ ਵੇਖੋ ਕਿੰਨਾ ਫਰਕ ਆ ਜਾਂਦਾ ਜਦੋਂ ਬੰਦਾ ਹੌਲੀ ਹੌਲੀ ਸਟਾਰਟ ਕਰਦਾ ਵਾ, ਅਤੇ ਬਾਕੀ ਆਹੀ ਹੀ ਮਿਲਦੇ ਆ ਗਾਈਸ ਆਪਣੇ ਨੈਕਸਟ ਵਲੌਗ 'ਚ, ਉਹਨਾਂ ਚਿਰ ਲਈ ਟਿਲ ਦੈਟ ਟੇਕ ਕੇਅਰ, ਬਾਏ ਬਾਏ।